ਹਾਂਜੀ, ਸਾਡੇ ਵੱਲੋਂ ਇੱਕ ਸੂਮੋਟੋ ਲਿਆ ਗਿਆ ਸੀਗਾ ਕਮਿਸ਼ਨ ਵੱਲੋਂ ਐਲੀਮੈਂਗਟ ਦੇ ਕੇਸ ਦੇ ਵਿੱਚ, ਅਤੇ ਉਹਦੇ ਵਿੱਚ ਅੱਜ ਦੀ ਡੇਟ ਸੀਗੀ, ਪਰ SSP ਸਾਹਿਬ ਨੂੰ ਅਸੀਂ ਇੱਥੇ ਬੁਲਾਇਆ ਸੀਗਾ ਕਮਿਸ਼ਨ ਦੇ ਵਿੱਚ, ਪਰ ਉਹ ਆਪ ਨਹੀਂ ਆ ਸਕੇ ਕਿ ਕੋਈ ਧਰਨੇ ਵਗੈਰਾ ਲੱਗੇ ਹੋਏ ਨਹੀਂ ਸੀਗੇ, ਅਤੇ ਉਹਨਾਂ ਦੇ ਬਿਹਾਫ 'ਤੇ DSP ਆਇਆ ਸੀ ਅਤੇ SHO ਵੀ ਨਹੀਂ ਆਏ ਸੀ, ਕੰਸਰਨ ਜਿਹੜੇ ਥਾਣੇ ਦੇ ਸੀਗੇ। ਅਤੇ ਹੁਣ ਪਰਸੋਂ ਦੇ ਡੇਟ ਜਿਹੜੀ ਉਹ ਰੱਖ ਦਿੱਤੀ ਗਈ ਹੈ ਫੁੱਲ ਕਮਿਸ਼ਨ ਦੇ ਵਿੱਚ, ਜਿਵੇਂ ਵੀ ਹੋਏਗਾ ਫਿਰ ਤੁਹਾਨੂੰ ਅਸੀਂ ਫਰਦਰ ਇਨਫੋਰਮੇਸ਼ਨ ਦੇ ਦਿੰਦੇ। ਜਿਵੇਂ ਹਿਊਮਨ ਰਾਈਟਸ ਦੇ ਵਿੱਚ ਸਾਡੇ ਹੈ ਹੀ ਹੈ ਕਿ ਜਿਹੜਾ ਟੋਰਚਰ ਕਰਨਾ ਆ ਵੀ ਪੁਲਿਸ ਵੱਲੋਂ ਜਾਂ ਕਿਸੇ ਵੀ ਡਿਪਾਰਟਮੈਂਟ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਅਣਗਹਿਲੀ ਜਿਹੜੀ ਪਾਈ ਜਾਂਦੀ ਹੈ ਉਹ ਗਲਤ ਹੈ, ਅਤੇ ਉਹਦੇ ਬਿਆਨਾਂ ਦੇ ਵਿੱਚ ਲਗਾਤਾਰ ਇਹ ਗੱਲ ਆ ਰਹੀ ਹੈ। ਉਹਨੇ ਹਾਈ ਕੋਰਟ ਦੇ ਵਿੱਚ ਵੀ ਇਹ ਪਟੀਸ਼ਨ ਪਾਈ ਹੋਈ ਸੀਗੀ ਕਿ ਮੈਨੂੰ ਜਿਹੜਾ ਹੈ ਟੋਰਚਰ ਕੀਤਾ ਗਿਆ ਆ, ਬਹੁਤ ਜ਼ਿਆਦਾ ਅਣਮਨੁੱਖੀ ਤਰੀਕੇ ਨਾਲ ਮੇਰੇ ਨਾਲ ਵਿਵਹਾਰ ਕੀਤਾ ਗਿਆ ਆ। ਉਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਫਿਰ ਕਮਿਸ਼ਨ ਦੇ ਵਿੱਚ ਸੂਮੋਟੋ ਲਿਆ ਆ ਕਿ ਇਹਦੀ ਜਿਹੜੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਵੀ ਕਿਹੜੇ ਆਫੀਸਰ ਜਿਹੜੇ ਹੈਗੇ ਨੇ ਇਹਦੇ ਪਿੱਛੇ ਨੇ ਔਰ ਕਿਸ ਵਜ੍ਹਾ ਕਰਕੇ ਜਿਹੜੀ ਇਹਦੇ ਨਾਲ ਟੋਰਚਰ ਇੰਨਾ ਹੋਇਆ ਆ। ਹਾਂ, ਉਹਨਾਂ ਦਾ ਟੈਲੀਫੋਨ ਆਇਆ ਸੀ ਉਹਨਾਂ ਦੇ ਵਕੀਲ ਇੱਥੇ ਸਾਡੇ ਕਮਿਸ਼ਨ ਦੇ ਵਿੱਚ ਕਿ ਉਧਰ DGP ਸਾਹਿਬ ਦੇ ਜਿਹੜੇ ਬਿਆਨ ਉਹਨਾਂ ਦੇ ਕੋਈ ਹੋ ਰਹੇ ਨੇ, ਆਫਟਰ ਦੈਟ ਉਹ ਸਾਡੇ ਕੋਲ ਇੱਥੇ ਪਹੁੰਚਣਗੇ। ਥੈਂਕ ਯੂ।